ਖੈਰ ਦੇ ਨਾਲ ਰਸਤੇ ਦੇ ਵਿੱਚ ਸਾਰੇ ਇਕੱਠੇ ਹੁੰਦੇ ਹਵਾਂਦੇ ਅੱਗੇ ਪਿੱਛੇ ਗੱਡੀਆਂ ਰਾਬਤੇ ਕਰਦੇ ਕਰਾਉਂਦੇ ਐਡਰੈਸ ਪੁੱਛਦੇ ਪੁਛਾਂਦੇ ਸ਼ਾਦੀ ਹਾਲ ਦੇ ਬਾਹਰ ਪਹੁੰਚੇ। ਭਾਈ ਕਜ਼ਨ ਜਿਗਰੀ ਯਾਰ ਅਜ਼ੀਜ਼ੋ ਅਕਾਰਬ ਆਪਣੇ ਆਪਣੇ ਚਾਰ ਰਾਹ ਵਹਾਂਦੇ ਰਹੇ ਘਰੋਂ, ਜਿਹੜੀਆਂ ਦੋ ਚਾਰ ਕਾਪੀਆਂ ਲਿਆਏ ਉਹ ਲਟਾਉਂਦੇ ਰਹੇ। ਮਨਾ ਇਸ ਲਈ ਕਰਨੇ ਪਏ ਸਾਂ ਕਿ ਸ਼ਾਦੀ ਹਾਲ ਮੇਨ ਰੋਡ 'ਤੇ ਐਵੇਂ ਬੱਚੇ ਪੈਸੇ ਲੁੱਟਦੇ ਲੁਟਾਉਂਦੇ ਮੇਨ ਰੋਡ ਵੱਲ ਫਿਰ ਚਲੇ ਜਾਣਦੇ, ਕੋਈ ਨਾ ਕੋਈ ਹਾਦਸਾ ਹੋ ਜਾਏਗਾ। ਸ਼ਾਦੀ ਹਾਲ ਪਹੁੰਚਣ ਵਾਸਤੇ ਮਿਲਣੀ ਦੀ ਰਸਮ ਅਦਾ ਕੀਤੀ ਗਈ, ਦੁਆ ਕੀਤੀ ਗਈ, ਫਿਰ ਲੱਗ ਗਿਆ ਨਾਕਾ ਸਾਲੀਆਂ ਦਾ। ਨਾਕਾ ਸਾਲੀਆਂ ਦਾ ਮਤਲਬ ਉਹਨਾਂ ਨੇ ਰਸਤਾ ਰੋਕਿਆ, ਫਿਰ ਡਿਮਾਂਡ ਸੀ ਪੈਸੇ ਦਵੋ ਤੇ ਰਸਤਾ ਲਵੋ। ਬਸ ਫਿਰ ਨਾਕੇ ਦੇ ਉੱਤੇ ਹੱਸਦੇ ਸ਼ੁਗਲ ਲਾਉਂਦੇ ਮਾਹੌਲ ਨੂੰ ਇੰਜੋਏ ਕਰਦੇ ਪੈਸੇ ਪੇ ਕੀਤੇ ਤੇ ਰਸਤਾ ਲਿੱਤਾ। ਤੂਤੀਆਂ ਵਾਜੀਆਂ ਦੇ ਨਾਲ ਦੁੱਲੇ ਨੂੰ ਸਟੇਜ ਤੱਕ ਲਿਆਇਆ ਗਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਤਬੀਸ਼ਤਾਂ, ਸਿਹਤਾਂ, ਨਿਜਤਾਂ ਸਭ ਠੀਕ ਠਾਕ ਹੈ? ਬਰਾਤ ਦਾ ਵਲੋਗ ਬਹੁਤ ਹੀ ਲੰਬਾ ਸੀ, ਕਿਉਂਕਿ ਮੈਂ ਲੰਬਾ ਵਲੋਗ ਬਣਾਉਣਾ ਨਹੀਂ ਸੀ ਹੈ, ਲੇਕਿਨ ਛੋਟੇ ਛੋਟੇ ਸ਼ੋਰਟ ਲੈ ਕੇ ਵੀ ਬਰਾਤ ਦਾ ਵਲੋਗ ਲੰਬਾ ਬਣ ਗਿਆ। ਜਿਸ ਤਰ੍ਹਾਂ ਬਰਾਤ ਦਾ ਵਲੋਗ ਲੰਬਾ ਬਣਿਆ, ਇਸੇ ਤਰ੍ਹਾਂ ਮੈਂ ਬਰਾਤ ਦੇ ਵਲੋਗ ਨੂੰ 3-4 ਪਾਰਟ ਵਿੱਚ ਡਿਵਾਈਡ ਕੀਤਾ ਤਾਂ ਕਿ ਕੋਈ ਵੀ ਮੌਕਾ ਮਿਸ ਨਾ ਹੋਏ, ਐਵੇਂ ਮੇਰੇ ਰਿਸ਼ਤੇਦਾਰਾਂ ਦੇ ਮੂੰਹ ਹੀ ਨਾ ਬਣ ਜਾਣ ਕਿ ਉੱਥੇ ਸਾਡੀ ਵੀਡੀਓ ਬਣਾਉਂਦੀ ਪਈ ਸੀ, ਲੇਕਿਨ ਇਹਨੇ ਸਾਡੀ ਵੀਡੀਓ ਦੇ ਵਿੱਚ ਸਾਨੂੰ ਲਿਆਂਦਾ ਨਹੀਂ ਹੈਗਾ, ਸਾਨੂੰ ਕੱਟ ਦਿੱਤਾ। ਇਸ ਲਈ ਮੈਂ ਜਿਨ੍ਹਾਂ ਦੀਆਂ ਵੀਡੀਓ ਬਣਾ ਸਕੀ ਅਤੇ ਜਿਨ੍ਹਾਂ ਦੀਆਂ ਨਹੀਂ ਬਣਾ ਸਕੀ ਉਹਨਾਂ ਵਾਸਤੇ ਮਾਜ਼ਰਤ। ਖੈਰ ਦੇ ਨਾਲ ਰਸਤੇ ਦੇ ਵਿੱਚ ਸਾਰੇ ਇਕੱਠੇ ਹੁੰਦੇ ਹਵਾਂਦੇ ਅੱਗੇ ਪਿੱਛੇ ਗੱਡੀਆਂ ਰਾਬਤੇ ਕਰਦੇ ਕਰਾਉਂਦੇ ਐਡਰੈਸ ਪੁੱਛਦੇ ਪੁਛਾਂਦੇ ਸ਼ਾਦੀ ਹਾਲ ਦੇ ਬਾਹਰ ਪਹੁੰਚੇ। ਸ਼ਾਦੀ ਹਾਲ ਦੇ ਬਾਹਰ ਪਹੁੰਚ ਕੇ ਵੀ ਸ਼ਾਦੀ ਹਾਲ ਦੇ ਅੰਦਰ ਐਂਟਰ ਹੋਣਾ ਐਡਾ ਕੋਈ ਸੌਖਾ ਨਹੀਂ ਸੀ ਹੈਗਾ, ਉਹਦੇ ਵਾਸਤੇ ਵੀ ਪਹਿਲੇ ਬਾਹਰ ਸਭ ਦਾ ਵੇਟ ਕੀਤਾ, ਵੇਟ ਕਰਕੇ ਫਿਰ ਖੂਬ ਪੈਸਾ ਲਟਾਇਆ। ਬਹੁਤ ਜ਼ਿਆਦਾ ਮਨਾ ਕਰਨ ਦੇ ਬਾਵਜੂਦ ਫਿਰ ਵੀ ਭਾਈ ਕਜ਼ਨ ਜਿਗਰੀ ਯਾਰ ਅਜ਼ੀਜ਼ੋ ਅਕਾਰਬ ਆਪਣੇ ਆਪਣੇ ਚਾਰ ਰਾਹ ਵਹਾਉਂਦੇ ਰਹੇ ਘਰੋਂ, ਜਿਹੜੀਆਂ ਦੋ ਚਾਰ ਕਾਪੀਆਂ ਲਿਆਏ ਉਹ ਲਟਾਉਂਦੇ ਰਹੇ। ਮਨਾ ਇਸ ਲਈ ਕਰਨੇ ਪਏ ਸਾਂ ਕਿ ਸ਼ਾਦੀ ਹਾਲ ਮੇਨ ਰੋਡ 'ਤੇ ਐਵੇਂ ਬੱਚੇ ਪੈਸੇ ਲੁੱਟਦੇ ਲੁਟਾਉਂਦੇ ਮੇਨ ਰੋਡ ਵੱਲ ਫਿਰ ਚਲੇ ਜਾਣਦੇ, ਕੋਈ ਨਾ ਕੋਈ ਹਾਦਸਾ ਹੋ ਜਾਏਗਾ, ਟ੍ਰੈਫਿਕ ਬਲਾਕ ਹੋ ਜਾਏਗੀ, ਅੱਛਾ ਨਹੀਂ ਲੱਗਦਾ। ਲੇਕਿਨ ਇਹਨਾਂ ਮੌਕਿਆਂ 'ਤੇ ਭਾਈ ਕਜ਼ਨ ਦੋਸਤ ਕਿੱਥੇ ਬਾਜ਼ ਆਉਂਦੇ ਨੇ, ਉਹ ਬਸ ਪੈਸੇ 'ਤੇ ਪੈਸਾ ਲਟਾਈ ਜਾਂਦੇ ਨੇ, ਸ਼ੋ ਸ਼ਾ ਕੀਤੀ ਜਾਂਦੇ ਨੇ। ਸ਼ਾਦੀ ਹਾਲ ਪਹੁੰਚਣ ਵਾਸਤੇ ਮਿਲਣੀ ਦੀ ਰਸਮ ਅਦਾ ਕੀਤੀ ਗਈ, ਦੁਆ ਕੀਤੀ ਗਈ। ਹੁਣ ਮੈਨੂੰ ਸਾਰੇ ਕਮੈਂਟ ਵਿੱਚ ਦੱਸੋ ਇਹ ਮਿਲਣੀ ਦੀ ਰਸਮ ਦਾ ਕਿਹਨੂੰ ਕਿਹਨੂੰ ਪਤਾ ਹੈ ਅਤੇ ਕਿਹੜੇ ਕਿਹੜੇ ਖਾਨਦਾਨ ਦੇ ਵਿੱਚ ਬਰਾਤ ਦੇ ਟਾਈਮ ਮਿਲਣੀ ਦੀ ਰਸਮ ਅਦਾ ਕੀਤੀ ਜਾਂਦੀ ਹੈ। ਮਿਲਣੀ ਦੀ ਰਸਮ ਤੋਂ ਬਾਅਦ ਫਿਰ ਲੱਗ ਗਿਆ ਨਾਕਾ ਸਾਲੀਆਂ ਦਾ। ਨਾਕਾ ਸਾਲੀਆਂ ਦਾ ਮਤਲਬ ਉਹਨਾਂ ਨੇ ਰਸਤਾ ਰੋਕਿਆ, ਫਿਰ ਡਿਮਾਂਡ ਸੀ ਪੈਸੇ ਦਵੋ ਅਤੇ ਰਸਤਾ ਲਵੋ। ਬਸ ਫਿਰ ਨਾਕੇ ਦੇ ਉੱਤੇ ਹੱਸਦੇ ਸ਼ੁਗਲ ਲਾਉਂਦੇ ਮਾਹੌਲ ਨੂੰ ਇੰਜੋਏ ਕਰਦੇ ਪੈਸੇ ਪੇ ਕੀਤੇ ਤੇ ਰਸਤਾ ਲਿੱਤਾ। ਸ਼ਾਦੀ ਹਾਲ ਦੇ ਅੰਦਰ ਐਂਟਰ ਹੋ ਕੇ ਤੂਤੀਆਂ ਵਾਜੀਆਂ ਦੇ ਨਾਲ ਦੁੱਲੇ ਨੂੰ ਸਟੇਜ ਤੱਕ ਲਿਆਇਆ ਗਿਆ। ਸਟੇਜ ਤੱਕ ਲਿਆਉਣ ਵਾਸਤੇ ਵੀ ਦੁੱਲੇ ਦੇ ਉੱਤੇ ਉਹੀ ਭਰਾ ਕਜ਼ਨ ਬੇਲੀ ਸੱਜਣ ਅਜ਼ੀਜ਼ ਅਕਾਰਬ ਪੈਸੇ ਲੁਟਾਉਂਦੇ ਰਹੇ ਤੇ ਲੋਕਾਂ ਨੂੰ ਇੰਜੋਏ ਕਰਾਉਂਦੇ ਰਹੇ ਤੇ ਸ਼ੁਗਲ ਮੇਲਾ ਲਾਉਂਦੇ ਰਹੇ। ਮਨਾ ਵੀ ਕਰਨੇ ਪੈਸਾ ਨਾ ਲਟਾਓ ਪੈਸੇ ਸਾਂਭ ਲਵੋ ਸਾਂਭ ਲਵੋ, ਔਖੇ ਸੌਖੇ ਟਾਈਮ ਕੰਮ ਆਉਂਦੇ, ਲੇਕਿਨ ਕਿੱਥੇ ਮੁੜਦੇ ਨੇ
ਨਵੀਆਂ ਨਸਲਾਂ ਦੇ ਬੱਚੇ ਹੈ, ਉਹਨਾਂ ਨੂੰ ਚਾਅ ਰਾਹ ਹੁੰਦਾ ਹੈ ਸਾਡੇ ਵੀਰ ਦਾ, ਸਾਡੇ ਕਜ਼ਨ ਦਾ, ਸਾਡੇ ਬੇਲੀ ਦਾ, ਸਾਡੇ ਸੱਜਣ ਦਾ ਵਿਆਹ ਹੈ, ਪੈਸੇ ਲਟਾਈਏ, ਜ਼ਰਾ ਸ਼ੋ ਸ਼ਾ ਵਹਾਈਏ। ਮੈਂ ਤਾਂ ਬਸ ਦੇਖ ਦੇਖ ਕੇ ਮਾਹੌਲ ਨੂੰ ਇੰਜੋਏ ਕਰਦੀ ਰਹੀ ਅਤੇ ਵੀਡੀਓ ਵਾਸਤੇ ਛੋਟੇ ਛੋਟੇ ਸ਼ੋਟ ਬਣਾਉਂਦੀ ਰਹੀ। ਮੈਨੂੰ ਉੱਥੇ ਆਪਣੇ ਕਿਸੇ ਵੀ ਰਿਸ਼ਤੇਦਾਰ ਦੇ ਨਾਲ ਮਿਲਣ ਦਾ ਇੰਨਾ ਮੌਕਾ ਨਹੀਂ ਮਿਲਿਆ, ਕਿਉਂਕਿ ਜਦੋਂ ਦੀ ਮੈਂ ਵਲੋਗਿੰਗ ਸਟਾਰਟ ਕੀਤੀ ਹੈ ਮੈਂ ਰਿਸ਼ਤੇਦਾਰਾਂ ਵੱਲੋਂ ਥੋੜ੍ਹਾ ਜਿਹਾ ਡਿਸਕਨੈਕਟ ਹੋ ਗਈ ਹਾਂ, ਕਿਉਂਕਿ ਫਿਰ ਵਲੋਗ ਨੂੰ ਵੀ ਟਾਈਮ ਦੇਣਾ ਹੁੰਦਾ, ਛੋਟੇ ਛੋਟੇ ਸ਼ੋਟ ਨੋਟ ਕਰਨੇ ਹੁੰਦੇ ਨੇ, ਆਪਣੇ ਪਿਆਰੇ ਪਿਆਰੇ ਵੀਵਰਸ ਨੂੰ ਦਿਖਾਉਣੇ ਹੁੰਦੇ ਨੇ, ਜਿਨ੍ਹਾਂ ਨੂੰ ਇੰਤਜ਼ਾਰ ਹੁੰਦਾ ਹੈ ਕਿ ਸਭਾ ਪੇਂਡੂ ਕੀ ਨੈਕਸਟ ਵੀਡੀਓ ਕਬ ਆਏਗੀ। ਵਲੋਗਿੰਗ ਤੋਂ ਪਹਿਲੇ ਮੈਂ ਆਪਣਾ ਗਰੁੱਪ ਫੋਟੋ ਵੀ ਬਣਵਾਉਂਦੀ ਸਾਂ, ਆਪਣੇ ਬੱਚਿਆਂ ਦੀਆਂ ਵੀ ਬਹੁਤ ਜ਼ਿਆਦਾ ਤਸਵੀਰਾਂ ਖਿੱਚਣੀ ਸਾਂ, ਲੇਕਿਨ ਸ਼ਾਇਦ ਵਲੋਗਿੰਗ ਦੀ ਵਜ੍ਹਾ ਤੋਂ ਜਾਂ ਘਰ ਦੀ ਸ਼ਾਦੀ, ਇਸ ਲਈ ਸਮਝ ਨਹੀਂ ਆਉਂਦੀ ਮੇਰੇ ਬੱਚੇ ਕਿੱਥੇ ਕਿੱਥੇ ਸੀ, ਬੱਚਿਆਂ ਨੂੰ ਇਕੱਠਾ ਕਰਨਾ ਵੀ ਮੁਸ਼ਕਲ ਸੀ, ਇਸ ਲਈ ਮੈਨੂੰ ਮੇਰਾ ਜਿਹੜਾ ਜਿਹੜਾ ਬੱਚਾ ਨਜ਼ਰ ਆਉਂਦਾ ਸੀ ਮੈਂ ਉਹਦਾ ਸ਼ੋਟ ਲੈ ਲੈਣੀ ਸਾਂ। ਤਨਵੀਰ ਸੁਬੇਲ ਮੈਨੂੰ ਸਟੇਜ 'ਤੇ ਨਜ਼ਰ ਆਏ, ਮੈਂ ਕਿਹਾ ਖਲੋਈਓ ਖਲੋਈਓ ਤੁਹਾਡਾ ਸ਼ੋਟ ਲੈ ਲਵਾਂ, ਤੁਸੀਂ ਮੇਰੇ ਹੱਥੀਂ ਚੜ੍ਹ ਗਈਏ, ਇਹ ਨਾ ਵੀ ਹੁਣ ਤੁਸੀਂ ਵੀ ਗਾਇਬ ਹੋ ਜਾਵੋ। ਬੱਚਿਆਂ ਨੂੰ ਪੈਸੇ ਲੁੱਟਦਾ ਵੇਖ ਕੇ ਕਸਮੇ ਦਿਲ ਕਰਦਾ ਸੀ ਮੈਂ ਵੀ ਇੱਥੇ ਬੱਚੀ ਬਣ ਜਾਵਾਂ ਅਤੇ ਬਹਿ ਜਾਵਾਂ, ਬਹਿ ਕੇ ਪੈਸੇ ਲੁੱਟੀ ਜਾਵਾਂ, ਲੇਕਿਨ ਮੇਰਾ ਉੱਥੇ ਕੰਟਰੋਲ ਕਰਨਾ ਬੜਾ ਮੁਸ਼ਕਲ ਸੀ। ਇਹਨਾਂ ਸਾਰਿਆਂ ਬਾਈਆਂ ਦਾ, ਕਜ਼ਨਾਂ ਦਾ, ਦੋਸਤਾਂ ਦਾ, ਬੇਲੀਆਂ ਦਾ, ਸੱਜਣਾਂ ਦਾ, ਰਿਸ਼ਤੇਦਾਰਾਂ ਦਾ, ਜ਼ੀਜ਼ੋ ਕਾਰਬ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਸ਼ਾਦੀ 'ਤੇ ਆਏ, ਭਾਵੇਂ ਤੰਗ ਹੋਏ, ਭਾਵੇਂ ਔਖੇ ਹੋਏ, ਭਾਵੇਂ ਸੌਖੇ ਹੋਏ, ਸਾਡੇ ਉਮਰ ਬੀਜੇ ਪੱਟੀ ਦੇ ਚਾਰ ਹਾਲ ਲਾਏ, ਪੈਸੇ ਉੱਤੇ ਪੈਸੇ ਲਟਾਏ, ਘਰੋਂ ਭਾਵੇਂ ਮਾਵਾਂ ਕੋਲੋਂ ਅਤੇ ਬੁੱਢੀਆਂ ਕੋਲੋਂ ਉਹਨਾਂ ਨੇ ਬਿਸਤੀਆਂ ਕਰਾ ਲਈਆਂ, ਲੇਕਿਨ ਉਹ ਪੈਸੇ ਲਟਾਉਣ ਤੋਂ ਬਾਜ਼ ਨਹੀਂ ਆਏ। ਇਹਨਾਂ ਲੁੱਟਣ ਵਾਲੇ ਬੱਚਿਆਂ ਦੀਆਂ ਤਾਂ ਅੱਜ ਮੌਜਾਂ ਨੇ, ਕਿਉਂਕਿ ਈਦ 'ਤੇ ਲੇਜ਼ ਬੋਤਲ ਅਤੇ ਅਯਾਸ਼ੀ ਕਰੀਦੀ ਹੈ ਜਦੋਂ ਈਦੀ ਦੇ ਪੈਸੇ ਮਿਲਦੇ ਨੇ, ਅਤੇ ਜਾਂ ਜਦੋਂ ਵਿਆਹਾਂ ਤੋਂ ਪੈਸੇ ਲੁੱਟੀਏ ਉਦੋਂ ਅਯਾਸ਼ੀ ਕਰੀਦੀ ਹੈ। ਨਿਕਾਹ ਬਾਈ ਦਾ ਪਹਿਲੇ ਹੋ ਚੁੱਕਿਆ ਸੀ, ਇਸ ਲਈ ਨਿਕਾਹ ਦੀ ਟੈਨਸ਼ਨ ਨਹੀਂ ਸੀ ਹੈ, ਬਸ ਜਾਣਾ ਸੀ, ਦੋ ਚਾਰ ਰਸਮਾਂ ਅਦਾ ਕਰਨੀਆਂ ਸੀ, ਵਹੁਟੀ ਨੂੰ ਲੈ ਕੇ ਘਰ ਆ ਜਾਣਾ ਸੀ, ਇਸ ਲਈ ਜ਼ਿਆਦਾ ਫੋਕਸ ਸਾਰਿਆਂ ਨੇ ਪੈਸੇ ਲੁਟਾਉਣ ਵੱਲ ਹੀ ਰੱਖਿਆ। ਦੇਖਾ ਦੇਖੀ ਫਿਰ ਮੈਨੂੰ ਵੀ ਥੋੜ੍ਹੀ ਜਿਹੀ ਸ਼ਰਮ ਆਈ, ਮੈਂ ਕਿਹਾ ਵੀ ਲੋਕ ਇੱਕ ਸਾਈਡ 'ਤੇ, ਲੇਕਿਨ ਬਾਈ ਦਾ ਵਿਆਹ ਹੈ ਸਭਾ ਰਾਣੀ, ਤੁਸੀਂ ਵੀ ਕੋਈ ਦੋ ਚਾਰ ਕਾਪੀਆਂ ਲਵੋ, ਆਪਣੇ ਭਰਾ ਦੇ ਤੋਂ ਲਟਾਵੋ। ਬਸ ਫਿਰ ਥੋੜ੍ਹੀ ਜਿਹੀ ਸ਼ੋਸ਼ਾ ਦੇ ਚੱਕਰ 'ਚ ਮੈਂ ਵੀ ਕੋਈ 4-5 ਹਜ਼ਾਰ ਰੁਪਇਆ ਲਾ ਦਿੱਤਾ, ਜਿਹੜਾ ਮੈਂ ਲਾਉਣਾ ਨਹੀਂ ਸੀ ਹੈਗਾ। ਉਮਰ ਪੱਟੀ ਸੋਰੀ, ਤੇਰੇ ਵਾਸਤੇ ਮੇਰੇ ਵੀਰੇ ਮੇਰੀ ਜਾਨ ਵੀ ਹਾਜ਼ਰ ਹੈ, ਲੇਕਿਨ ਤੈਨੂੰ ਪਤਾ ਹੈ ਇੰਨੀ ਮਹਿੰਗਾਈ ਦੇ ਵਿੱਚ ਇਨਸਾਨ ਜਿੰਨਾ ਆਪਣੀ ਚਾਦਰ ਨੂੰ ਦੇਖ ਕੇ ਪੌਂ ਫਲਾਵੇ ਓਨਾ ਹੀ ਬਿਹਤਰ ਹੁੰਦਾ। ਸਭ ਨੂੰ ਦੇਖਾ ਦੇਖੀ ਫਿਰ ਮੈਂ ਵੀ ਕੁਛ ਕਾਪੀਆਂ ਲਿੱਤੀਆਂ, ਆਪਣੇ ਹਸਬੈਂਡ ਨੂੰ ਦਿੱਤੀਆਂ, ਆਪਣੇ ਬੱਚਿਆਂ ਨੂੰ ਦਿੱਤੀਆਂ, ਖੁਦ ਵੀ ਲਟਾਈਆਂ, ਕਿਉਂਕਿ ਮੇਰੇ ਹਸਬੈਂਡ ਵੀ ਰਸ਼ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਘੁੱਟਣ ਫੀਲ ਕਰਦੇ ਨੇ, ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਅਪਸੈਟ ਹੋ ਜਾਂਦੀ ਹੈ, ਇਸ ਲਈ ਫਿਰ ਵੀ ਉਹਨਾਂ ਨੇ ਮੇਰੀ ਖਾਤਰ ਇਹ ਘੁੱਟਣ ਬਰਦਾਸ਼ਤ ਕੀਤੀ ਕਿ ਮੇਰੇ ਸਾਲੇ ਦਾ ਵਿਆਹ ਹੈ।